ਖਬਰਾਂ ਵਿਸਥਾਰ ਨਾਲ। ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਤੀਸਰੀ ਵਾਰ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਦਾ ਕਾਰਜਭਾਰ ਸੰਭਾਲਿਆ। ਦਿੱਲੀ ਸਕੱਤਰੇਤ ਵਿੱਚ ਉਹਨਾਂ ਦੇ ਕੈਬਨਿਟ ਦੇ ਮੈਂਬਰ ਮਨੀਸ਼ ਸਿਸੋਦੀਆ, ਸਤਿੰਦਰ ਜੈਨ, ਰਾਜਿੰਦਰ ਪਾਲ ਗੌਤਮ ਅਤੇ ਇਮਰਾਨ ਹੁਸੈਨ ਨੇ ਵੀ ਕਾਰਜਭਾਰ ਸੰਭਾਲਿਆ। ਕੈਬਨਿਟ ਦੇ ਦੋ ਹੋਰ ਮੈਂਬਰ ਕੈਲਾਸ਼ ਗਹਿਲੋਤ ਅਤੇ ਗੋਪਾਲ ਰਾਏ ਅੱਜ ਦਿਨ ਵਿੱਚ ਆਪਣਾ ਕਾਰਜਭਾਰ ਸੰਭਾਲਣਗੇ। ਨਵੇਂ ਕੈਬਨਿਟ ਦੀ ਬੈਠਕ ਵੀ ਛੇਤੀ ਹੋਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਮੰਤਰੀਆਂ ਦੇ ਵਿਭਾਗਾਂ ਦਾ ਐਲਾਨ ਹੋ ਸਕਦਾ ਹੈ।